गुरु साहब ने कहा कि धर्म एक है, उस तक धर्म तक पुजन दे रस्ते अलग अलग ने। जेड़ा रस्ता है उसनु क्या पंथ, अंग्रेजी का शब्द भी पैथ, संस्कृत पथ, पथ तो बिगड़ के पंथ हो गया प्राकृत। पंथ एक मार्ग है। साडे पुराने ग्रंथां विच सिख धर्म शब्द नहीं आता, सिख पंथ आता है, खालसा पंथ आता है। क्योंकि ये साड़ी तो समस्या ये भी ना कि असी कहने ये सिख धर्म है, ये मुसलमान धर्म है और यही धर्म ठीक है। गुरु जी ने कहा कि नहीं, जदों असी ये कहांगे ना कि ये धर्म है, पंथ नूं धर्म कहिंदे आ, प्रॉब्लम उत्थे अतारता उत्थे आ जाती है। क्योंकि धर्म नहीं सी, वो रस्ता सी, एक मार्ग सी। असी मार्ग नूं मंजिल कह दिता, इस करके मेरे पंज ककार उत्तम हो गए, सब तो कीमती हो गए। तो मुसलमान दे अपने उहदा अपना लिबास जिहड़ा है उही धर्म बन गया। जिहड़ा पंथ है वो आर्गेनाइजेशन दे जिहड़े उहदे सिंबल्स ने वो धर्म थोड़ा ने। प्रॉब्लम इत्थे है, असी की समझ लिया, असी ये समझ लिया पंज ककार धर्म धारण करने धार्मिकता है, जदों कि धार्मिकता नहीं सी। ਇਹ ਤਾਂ ਧਰਮ ਤੱਕ ਪਹੁੰਚਣ ਵਾਸਤੇ ਔਰ ਧਰਮ ਦਾ ਸੰਦੇਸ਼ ਲੋਕਾਂ ਨੂੰ ਦੇਣ ਵਾਸਤੇ ਸੰਗਠਿਤ ਹੋਣ ਦਾ ਯਤਨ ਸੀ, ਜੁੜਨ ਦਾ ਯਤਨ ਸੀ। ਇਹ ਜੁੜਨ ਵਾਸਤੇ ਸੀ, ਇਹ ਵੀ ਧਿਆਨ ਰੱਖਣਾ। ਇਹ ਹੀ ਟੁੱਟਣ ਦਾ ਕਾਰਨ ਬਣ ਜਾਂਦੇ ਨੇ, ਤੂੰ ਨਹੀਂ ਪਹਿਨੀ ਇਸ ਕਰਕੇ ਤੇਰੇ ਨਾਲ ਮੇਰਾ ਕੋਈ ਵਾਸਤਾ ਨਹੀਂ। ਇਹ ਕਕਾਰ ਜਿਹੜੇ ਸਨ ਜੋੜਨ ਵਾਸਤੇ ਸਨ ਬੰਦਿਆਂ ਨੂੰ। ਇਹ ਜਿਹੜੇ ਧਰਮਾਂ ਦਾ ਭੇਖ ਹੈ ਅਤੇ ਲੋਕਾਂ ਨੂੰ ਜੋੜਨ ਵਾਸਤੇ ਸੀ, ਇਹ ਟੁੱਟਣ ਦਾ ਕਾਰਨ ਬਣ ਗਿਆ ਕਿਉਂਕਿ ਇਹ ਧਰਮ ਬਣ ਗਿਆ। ਧਰਮ ਤਾਂ ਇੱਥੇ ਹੀ ਪਲੀਦ ਹੋ ਗਿਆ, ਧਰਮ ਇੱਥੇ ਹੀ ਭ੍ਰਿਸ਼ਟ ਹੋ ਗਿਆ। ਜਦੋਂ ਧਾਰਮਿਕ ਲਿਬਾਸ ਨੂੰ, ਸਮੁਦਾਇ ਦੀ ਮਰਿਆਦਾ ਨੂੰ, ਇੱਕ ਪੰਥ ਦੀ ਮਰਿਆਦਾ ਨੂੰ ਧਰਮ ਕਹਿ ਦਿੱਤਾ ਗਿਆ, ਧਰਮ ਇੱਥੇ ਹੀ ਭ੍ਰਿਸ਼ਟ ਹੋ ਗਿਆ। ਮਰਿਆਦਾ ਧਰਮ ਨਹੀਂ ਸੀ, ਮਰਿਆਦਾ ਤਾਂ ਇੱਕ ਸਮੁਦਾਇ ਦਾ ਅਨੁਸ਼ਾਸਨ ਸੀ। ਸਿਰਫ ਇਕੱਠੇ ਹੋ ਕੇ ਚੱਲਣਾ, ਇੱਕ ਜੈਸਾ ਵਿਵਹਾਰ ਕਰਾਂਗੇ ਤਾਂ ਆਪਸ ਵਿੱਚ ਕਨਫਲਿਕਟ ਨਹੀਂ ਹੋਏਗਾ। ਪਹਿਲਾਂ ਆਪਸੀ ਮਤਭੇਦ ਦੂਰ ਕਰਾਂਗੇ ਤਾਂ ਤਾਂ ਦੂਜੇ ਨੂੰ ਜਾ ਕੇ ਕਹਾਂਗੇ ਨਾ ਕਿ ਭਾਈ ਤੂੰ ਵੀ ਧਰਮ ਨਾਲ ਜੁੜ ਜਾ। ਆਪਸ ਵਿੱਚ ਝਗੜਾ ਕਰਦੇ ਹਾਂ ਅਤੇ ਦੂਜੇ ਨੂੰ ਕਹੀਏ ਤੂੰ ਜੁੜ ਜਾ, ਉਹ ਕਿਵੇਂ ਜੁੜ ਜਾਏਗਾ? ਪਹਿਲਾਂ ਆਪ ਜੁੜ ਕੇ ਦੱਸਣਾ ਪਏਗਾ, ਫਿਰ ਦੂਜਾ ਜੁੜੇਗਾ। ਅਤੇ ਅਸੀਂ ਆਪ ਤਾਂ ਜੁੜਦੇ ਨਹੀਂ, ਹੋਰ ਕਿੱਥੋਂ ਕੋਈ ਜੁੜੇਗਾ? ਅਸੀਂ ਆਪਸ ਵਿੱਚ ਮਰਿਆਦਾ ਦੇ ਨਾਂ 'ਤੇ ਝਗੜਾ ਕਰਾਂਗੇ ਅਤੇ ਦੂਜਿਆਂ ਦੁਨੀਆਂ ਦੀ ਕਲਿਆਣ ਵਾਸਤੇ ਆ ਸਿੱਖ ਧਰਮ, ਵੀ ਪਹਿਲਾਂ ਆਪਣੀ ਕਲਿਆਣ ਤਾਂ ਦੇਖੀਏ। ਕਿਤੇ ਕੋਈ ਅਖੰਡ ਕੀਰਤਨੀ ਹੈ, ਉਹ ਆਪਣੀ ਮਰਿਆਦਾ ਔਰ ਕਹਿੰਦਾ ਕਿ ਇਹੀ ਚੱਲੇਗੀ। ਟਕਸਾਲੀ ਆ ਗਿਆ, ਇਹੀ ਮਰਿਆਦਾ ਚੱਲੇਗੀ। ਨਾਨਕਸਰੀ ਆ ਗਿਆ, ਇਹੀ ਮਰਿਆਦਾ ਚੱਲੇਗੀ। ਨਾਮਧਾਰੀ ਆ ਗਿਆ, ਇਹੀ ਮਰਿਆਦਾ ਚੱਲੇਗੀ। ਉਹ ਦੂਜਾ ਕਹਿੰਦਾ ਤੇਰੀ ਕਿਉਂ ਚੱਲੇਗੀ, ਮੇਰੀ ਚੱਲੇਗੀ ਨਾ। ਉਹ ਫਿਰ ਗੁਰਦੁਆਰੇ ਵਿੱਚ ਹੀ ਡਾਂਗ ਸੋਟਾ ਖੜਕ ਜਾਂਦਾ ਹੈ। ਇਹ ਕਿਹੜੀ ਧਾਰਮਿਕਤਾ ਹੈ? ਇਹ ਤਾਂ ਧਾਰਮਿਕਤਾ ਨਹੀਂ, ਇਹ ਤਾਂ ਅਧਾਰਮਿਕਤਾ ਹੈ। ਇਹ ਉਹ ਵਿਵਹਾਰ ਥੋੜ੍ਹਾ ਜਿਹੜਾ ਜਿਨ ਮਾਨਸ ਅਤੇ ਦੇਵਤੇ ਕੀ ਹੈ ਕਰਤਨਾ ਲਾਗੀ ਵਾਰ ਜਿਹੜਾ ਕਿਹਾ ਸੀ, ਇਹ ਤਾਂ ਪਸ਼ੂ ਬਣ ਗਿਆ। ਬੰਦਾ ਬਣਨਾ ਦੇਵਤਾ ਸੀ, ਬਣ ਗਿਆ ਪਸ਼ੂ, ਔਰ ਬਣਿਆ ਕਿਹਦੇ? ਧਰਮ ਦੇ ਨਾਂ 'ਤੇ। ਕਿਉਂਕਿ ਉਸਨੇ ਧਰਮ ਨੂੰ ਅੰਡਰਸਟੈਂਡ ਨਹੀਂ ਕੀਤਾ। ਜੇ ਇਹ ਅਹਿਸਾਸ ਹੋ ਜਾਵੇ ਕਿ ਧਰਮ ਇੱਕ ਹੈ ਤਾਂ ਸਾਡੇ ਝਗੜੇ ਪਹਿਲਾਂ ਹੀ ਖਤਮ ਹੋ ਜਾਂਦੇ। ਹਿੰਦੂ ਨਾਲ ਵਿਵਾਦ ਹੀ ਨਹੀਂ ਹੋ ਸਕਦਾ। ਸਾਨੂੰ ਸਮਝ ਆ ਗਈ ਕਿ
ਧਰਮ ਇੱਕੋ ਹੈ, ਇਹ ਆਪਣੇ ਤਰੀਕੇ ਨਾਲ ਮੰਨ ਰਿਹਾ, ਮੈਂ ਆਪਣੇ ਨਾਲ ਮੰਨ ਰਿਹਾ, ਮਨ ਉਸੇ ਨੂੰ ਰਿਹਾ ਅਤੇ ਝਗੜਾ ਖਤਮ ਹੋ ਗਿਆ। ਜੇ ਮੇਰੇ ਰਸਤੇ ਦੀਆਂ ਕੁਝ ਚੰਗਿਆਈਆਂ ਨੇ ਮੈਂ ਉਹਦੇ ਨਾਲ ਸ਼ੇਅਰ ਕਰ ਸਕਦਾ ਹਾਂ ਕਿ ਮੈਨੂੰ ਥੋੜ੍ਹਾ ਜਿਹਾ ਆਪਾਂ ਨਾ ਜਦੋਂ ਕਿਸੇ ਨੂੰ ਰਾਹ ਪੁੱਛਦੇ ਹਾਂ ਅਤੇ ਦੋ ਤਿੰਨ ਰਸਤੇ ਜਾਂਦੇ ਹੋਣ ਅਤੇ ਫਿਰ ਅਗਲਾ ਕਹਿੰਦਾ ਆਹ ਸੜਕ ਚੰਗੀ ਹੈ ਜਾਂ ਇਹ ਸ਼ਾਰਟਕੱਟ ਹੀ ਇੱਧਰ ਦੀ ਨਿਕਲ ਜਾ, ਕੋਈ ਬੁਰਾ ਤਾਂ ਨਹੀਂ ਮੰਨਦਾ ਨਾ, ਇਹਨੇ ਬੜਾ ਚੰਗਾ ਕੀਤਾ ਇਸਨੇ ਅਤੇ ਸਿੱਧਾ ਰਸਤਾ ਦੱਸ ਦਿੱਤਾ ਆਪਾਂ ਨੂੰ, ਇਹ ਵਧੀਆ ਰਸਤਾ ਦੱਸ ਦਿੱਤਾ। ਜਦੋਂ ਅਸੀਂ ਕਿਸੇ ਵਿਅਕਤੀ ਨੂੰ ਪਿਆਰ ਸਹਿਤ ਦੱਸਾਂਗੇ ਕਿ ਦੇਖ ਇਹ ਧਰਮ ਦੀਆਂ ਰੁਕਾਵਟਾਂ ਨੇ ਜਿਨ੍ਹਾਂ 'ਚ ਤੂੰ ਫਸ ਗਿਆ, ਇਹਨਾਂ ਨੂੰ ਛੱਡ ਕੇ ਸ਼ਾਰਟਕੱਟ ਆਏ ਅਤੇ ਉਹ ਬੁਰਾ ਥੋੜ੍ਹਾ ਮੰਨੇਗਾ। ਜੇ ਮੈਂ ਇਹ ਕਹਾਂ ਕਿ ਚੱਲ ਤੂੰ ਇਸ ਰਾਹ 'ਤੇ ਮੈਂ ਤੈਨੂੰ ਸੋਟੇ ਨਾਲ ਸਿੱਧਾ ਕਰਦਾ, ਫਿਰ ਨਾ ਉਹ ਮੇਰੀ ਗੱਲ ਮੰਨੇ, ਜਾਂ ਉਹ ਮੇਰਾ ਸਿਰ ਪਾੜੇਗਾ ਜਾਂ ਮੈਂ ਉਹਦਾ ਪਾੜਾਂਗਾ। ਇਹ ਧਰਮ ਤਾਂ ਇਹ ਡਾਂਗ ਸੋਟਾ ਖੜਕਾਉਣਾ ਇੱਕ ਦੂਜੇ ਦੇ ਨਾਲ, ਇਹ ਹੀ ਧਰਮ ਰਹਿ ਗਿਆ ਜਿਸ ਕਰਕੇ ਧਰਮ ਸ਼ਬਦ ਹੀ ਬਦਨਾਮ ਹੋਇਆ ਹੈ। ਧਰਮ ਇਸ ਨੂੰ ਨਹੀਂ ਸਮਝਣਾ, ਇਹ ਜਿਹੜੇ ਸਮੁਦਾਇ ਨੇ ਅਲੱਗ ਅਲੱਗ, ਇਹ ਧਰਮ ਦੀ ਪ੍ਰਾਪਤੀ ਵਾਸਤੇ ਅਲੱਗ ਅਲੱਗ ਮਾਰਗ ਨੇ। ਕਿਸੇ ਮਾਰਗ ਨੂੰ ਖਰਾਬ ਨਹੀਂ ਕਹਿਣਾ, ਉਹਦੀ ਆਪਣੀ ਮਰਜ਼ੀ ਹੈ ਨਾ, ਜੇ ਟੇਢੇ ਰਸਤੇ ਤੋਂ ਚਲਾ ਜਾਏ ਤਾਂ ਮੈਨੂੰ ਕੀ ਤਕਲੀਫ ਹੈ। ਸਰਦਾਰ ਹਰਿੰਦਰਪਾਲ ਸਿੰਘ ਮੈਨੂੰ ਇਹ ਸਮਝਾ ਰਹੇ ਸਨ ਕਿ ਜੇ ਤੁਸੀਂ ਹੁਣ ਡੇਰਾਦੂਨ ਜਾਣਾ ਨਾ ਤਾਂ ਤੁਸੀਂ ਆਹ ਮੇਰਠ ਵਾਲੇ ਰਸਤੇ ਤੋਂ ਨਾ ਜਾਇਓ, ਜੇ ਇਹ ਰਾਹ ਬੜਾ ਖਰਾਬ ਹੈ, ਅਤੇ ਆਹ ਇੱਧਰੋਂ ਕਰਨਾਲ ਇੰਦਰੀ ਯਮੁਨਾਨਗਰ ਅਤੇ ਇੱਧਰੋਂ ਚਲੇ ਜਾਓ। ਇਹਨਾਂ ਨੂੰ ਇਹ ਰਸਤਾ ਚੰਗਾ ਲੱਗਦਾ ਹੈ, ਕਹਿੰਦੇ ਸੜਕ ਬਹੁਤ ਵਧੀਆ, ਦੂਜਾ ਕਹੇਗਾ ਇੱਧਰੋਂ 50-60 ਕਿਲੋਮੀਟਰ ਡਿਸਟੈਂਸ ਘੱਟ ਹੈ। ਕੋਈ ਝਗੜੇ ਵਾਲੀ ਤਾਂ ਕੋਈ ਗੱਲ ਹੀ ਕੋਈ ਨਹੀਂ। ਧਰਮ ਦੇ ਨਾਂ 'ਤੇ ਹੋ ਰਹੇ ਸਾਰੇ ਦੇ ਸਾਰੇ ਝਗੜੇ ਧਾਰਮਿਕ ਕਾਰਨਾਂ ਕਰਕੇ ਨੇ, ਧਾਰਮਿਕ ਕਾਰਨਾਂ ਕਰਕੇ ਨਹੀਂ ਹਨ। ਧਰਮ ਕਰਕੇ ਕਦੇ ਨਹੀਂ ਕੋਈ ਲੜਿਆ, ਧਰਮ ਦੇ ਕਾਰਨ ਪੀਰ ਬੁੱਧੂ ਸ਼ਾਹ ਵੱਖਰਾ ਰਸਤਾ ਹੁੰਦਿਆਂ ਗੁਰੂ ਸਾਹਿਬ ਦਾ ਹਮਾਇਤੀ ਹੈ। ਗਨੀ ਖਾਂ ਅਤੇ ਨਬੀ ਖਾਂ ਗੁਰੂ ਦੀ ਉਹਨਾਂ ਲੋਕਾਂ ਤੋਂ ਰੱਖਿਆ ਕਰਨਾ ਚਾਹੁੰਦੇ ਨੇ ਜਿਹੜੇ ਉਹਨਾਂ ਦੇ ਆਪਣੇ ਸਮੁਦਾਇ ਦੇ ਲੋਕ ਨੇ, ਜਿਨ੍ਹਾਂ ਨੂੰ ਜਾ ਕੇ ਉਹਨਾਂ ਨੂੰ ਦੌੜ ਕੇ ਦੱਸਣਾ ਚਾਹੀਦਾ ਸੀ ਵੀ ਇੱਥੇ ਗੁਰੂ ਦੇਖਿਆ, ਪਕੜ ਲਓ ਇਹਨੂੰ। ਪਰ ਉਹਨਾਂ ਨੂੰ ਮੁਸਲਮਾਨ ਹੁੰਦਿਆਂ ਹੋਇਆਂ ਵੀ ਇਹ ਅਹਿਸਾਸ ਸੀ ਕਿ ਇਹ ਧਾਰਮਿਕ ਹੈ ਅਤੇ ਮੇਰੇ ਬੰਦੇ ਜਿਹੜੇ ਨੇ ਇਹ ਅਧਾਰਮਿਕ ਹੋ ਗਏ। ਜਦੋਂ ਤੱਕ ਧਰਮ ਨੂੰ ਡਿਵਾਈਨ ਨਹੀਂ ਸਮਝਿਆ ਜਾਂਦਾ, ਉਹਦੀ ਡਿਵਿਨਿਟੀ ਨਾਲ ਜੁੜਿਆ ਨਹੀਂ ਜਾਂਦਾ, ਉਸ ਨੂੰ ਇੱਕ ਅਨਾਦੀ ਚੀਜ਼ ਨਹੀਂ ਸਮਝਿਆ ਜਾਂਦਾ, ਤਦੋਂ ਤੱਕ ਸਾਡੇ ਆਪਸੀ ਜਿਹੜੇ ਵਿਵਾਦ ਨੇ ਇਹ ਖਤਮ ਨਹੀਂ ਹੁੰਦੇ। ਧਰਮ ਵਿਵਾਦ ਖਤਮ ਕਰਨ ਵਾਸਤੇ ਹੈ। ਧਰਮ ਨੇ ਸੰਦੇਸ਼ ਦੇਣਾ ਸੀ, ਏਕ ਪਿਤਾ ਏਕਸ ਕੇ ਹਮ ਬਾਰਕ, ਤੂੰ ਮੇਰਾ ਗੁਰ ਹੈ। ਕਈ ਤਾਂ ਐਸੇ ਵੀ ਮਹਾਂਪੁਰਖ ਦੇਖੇ ਨੇ, ਉਹ ਇਹ ਕਹਿੰਦੇ ਜੀ ਇਹ ਕੋਈ ਸਾਰੇ ਲੋਕਾਂ ਵਾਸਤੇ ਨਹੀਂ, ਜੇ ਇਹ ਤਾਂ ਗੁਰ ਭਾਈ ਜਿਹੜੇ ਸਿੱਖ ਭਰਾ ਨੇ ਸਿਰਫ ਉਹਨਾਂ ਵਾਸਤੇ ਹੈ ਵੀ ਅਸੀਂ ਇੱਕੋ ਗੁਰੂ ਸਾਹਿਬ ਦੇ ਪੁੱਤਰ ਹਾਂ। ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਕਿ ਸਾਰੇ ਵਿਸ਼ਵ ਦੇ ਸਾਰੇ ਮਨੁੱਖ ਜਿਹੜੇ ਨੇ ਇੱਕ ਪਿਤਾ ਦੀ ਸੰਤਾਨ ਹਨ। ਇੱਕ ਪਿਤਾ ਦੀ ਸੰਤਾਨ ਹੋਣ ਕਰਕੇ ਜੇ ਉਹਨਾਂ ਦਾ ਵਿਵਹਾਰ ਰਹਿਣ ਸਹਿਣ ਦਾ ਢੰਗ ਖਾਣ ਪੀਣ ਦਾ ਢੰਗ ਕੁਝ ਵੱਖਰਾ ਹੈ ਤਾਂ ਇਹਦੇ 'ਚ ਕੋਈ ਪ੍ਰੋਬਲਮ ਨਹੀਂ ਹੈ। ਮੈਨੂੰ ਕੀ ਪਰੇਸ਼ਾਨੀ ਹੈ ਜੇ ਮੈਂ ਸਵੇਰੇ 3 ਵਜੇ ਉੱਠ ਕੇ ਇਸ਼ਨਾਨ ਕਰਕੇ ਨਿਤਨੇਮ ਕਰ ਲਵਾਂ ਅਤੇ ਦੂਜਾ 5-6 ਵਜੇ ਉੱਠੇ ਕਰ ਲਵੇ, ਉਹਦੀ ਮਰਜ਼ੀ ਹੈ। ਜੇ ਮੈਂ ਜ਼ਿਆਦਾ ਧਰਮ ਵਿੱਚ ਪਰਿਪੱਕ ਹਾਂ ਤਾਂ ਇਹਦਾ ਮੈਨੂੰ ਲਾਭ ਹੈ, ਜੇ ਦੂਜਾ ਨਹੀਂ ਹੈ ਤਾਂ ਉਹਦਾ ਉਹਨੂੰ ਨੁਕਸਾਨ ਹੈ। ਪਰੰਤੂ ਸਮੱਸਿਆ ਕੀ ਹੈ ਕਿ ਮੈਨੂੰ ਦੂਜੇ ਦੇ ਧਰਮ ਨਾਲ ਪ੍ਰੋਬਲਮ ਹੈ ਕਿ ਤੂੰ ਰੱਬ ਤੱਕ ਨਹੀਂ ਪਹੁੰਚ ਸਕੇਗਾ,
ਇਸ ਗੱਲ ਦੀ ਕੋਈ ਚਿੰਤਾ ਨਹੀਂ ਕਿ ਮੈਂ ਰੱਬ ਵਾਲੇ ਪਾਸੇ ਤੁਰਿਆ ਹੀ ਨਹੀਂ। ਉਹਨੂੰ ਪਹੁੰਚਾਉਣਾ ਚਾਹੁੰਦੇ ਹਾਂ, ਆਪ ਤੁਰੇ ਨਹੀਂ, ਆਪ ਪੈਰ ਰੱਖੇ ਨਹੀਂ, ਇੱਕ ਕਦਮ ਅੱਗੇ ਨਹੀਂ ਜਾ ਰਹੇ। ਬਲਕਿ ਜਿਹੜਾ ਵਿਅਕਤੀ ਇਹ ਸੋਚਦਾ ਹੈ ਕਿ ਇਹ ਬੰਦਾ ਧਰਮ ਦੇ ਰਸਤੇ 'ਤੇ ਕਿਉਂ ਨਹੀਂ ਚੱਲਦਾ, ਮੈਨੂੰ ਤੋਰਨਾ ਹੈ, ਉਹ ਧਰਮ ਵਾਲੇ ਪਾਸੇ ਅੱਗੇ ਕੀ ਵਧਣਾ, ਉਹ ਤਾਂ ਪਿੱਛੇ ਜਾ ਰਿਹਾ ਹੈ, ਹੋਰ ਅਧੋਗਤੀ ਹੋ ਰਹੀ ਹੈ। ਅਤੇ ਇਸ ਗੱਲ ਨੂੰ ਹਰ ਵਿਅਕਤੀ ਪੱਲੇ ਬੰਨ ਲਵੇ, ਜਿੱਤ ਦੁਆਰਾ ਉਭਰੈ ਤਿੱਤੈ ਲਿਹੇ, ਜਿੱਥੋਂ ਵੀ ਕਿਸੇ ਦੀ ਕਲਿਆਣ ਹੋਵੇ, ਇਸ ਰਸਤੇ ਤੋਂ ਹੁੰਦੀ, ਉਸ ਰਸਤੇ ਤੋਂ ਹੁੰਦੀ, ਇਹਦੀ ਪਰੇਸ਼ਾਨੀ ਤਾਂ ਕੋਈ ਹੈ ਹੀ ਨਹੀਂ। ਇੱਕ ਜਗ੍ਹਾ ਤੋਂ ਸਾਰੇ ਜੀਵ ਆਏ ਨੇ, ਸਾਰਿਆਂ ਨੇ ਉੱਥੇ ਪਹੁੰਚਣਾ, ਚਾਹੇ ਕੋਈ ਮੁਸਲਮਾਨ ਹੈ, ਚਾਹੇ ਕੋਈ ਹਿੰਦੂ ਹੈ, ਚਾਹੇ ਕੋਈ ਈਸਾਈ ਹੈ। ਤਾਹੀ ਤੇ ਉਪਜ ਸਭ ਹੈ, ਤਾਹੀ ਮੈਂ ਸਮਾਹੇਂਗੇ, ਉੱਥੋਂ ਨਿਕਲੇ ਸਨ ਉੱਥੇ ਜਾਣਾ ਹੈ, ਜਿਸ ਪਿਤਾ ਨੇ ਜਨਮ ਦਿੱਤਾ ਹੈ ਉਸੇ ਵਿੱਚ ਵਿਲੀਨ ਹੋ ਜਾਣਾ ਹੈ। ਇਸ ਗੱਲ ਨੂੰ ਪੱਲੇ ਬੰਨਣਾ ਪਵੇਗਾ। ਧਰਮ, ਗੁਰੂ ਸਾਹਿਬ ਨੇ ਵੀ ਕਿਹਾ ਵੀ ਧਰਮ ਪੰਖ ਕਰ ਉੱਡ ਰਿਹਾ। ਇੱਕ ਧਰਮ ਉਹ ਵੀ ਹੈ ਜਿਹੜਾ ਅਸੀਂ ਕਹਿੰਦੇ ਹਾਂ ਧਰਮ ਅਰਥ ਕਾਮ ਮੋਕਸ਼, ਚਾਰ ਲਕਸ਼ ਬਣਾ ਤੇ। ਇਹ ਧਰਮ ਉਹ ਧਰਮ ਨਹੀਂ ਜਿਸ ਦੀ ਮੈਂ ਗੱਲ ਕਰ ਰਿਹਾ, ਇਹ ਇੱਕ ਛੋਟਾ ਧਰਮ ਹੈ, ਇਹਦੀ ਧਾਰਮਿਕਤਾ ਹੈ। ਜਿਹੜਾ ਧਰਮ ਹੈ ਉਹਦੇ ਵਿੱਚ ਹੀ ਮੋਕਸ਼ ਹੈ, ਉਹਦੇ ਵਿੱਚ ਹੀ ਅਰਥ ਹੈ, ਉਹਦੇ ਵਿੱਚ ਹੀ ਕਾਮਨਾਵਾਂ ਨੇ, ਸਭ ਕੁਝ ਉਹਦੇ 'ਚ ਹੈ, ਉਹ ਸਾਡੇ ਅੰਦਰ ਅਤੇ ਬਾਹਰ ਹੈ। ਧਰਮ ਨਾ ਸਾਡੇ ਹਿਰਦੇ 'ਚ ਹੋਵੇ ਅਤੇ ਜਦੋਂ ਸਾਡੇ ਪੱਲੇ ਧਰਮ ਨਹੀਂ ਹੁੰਦਾ ਤਾਂ ਹੁੰਦਾ ਕੀ ਹੈ, ਜੇ ਸਮਾਜ ਵਿੱਚ ਨਹੀਂ ਹੈ ਤਾਂ ਅਸ਼ਾਂਤੀ ਆ, ਜੇ ਸਮਾਜ ਵਿੱਚ ਧਰਮ ਨਹੀਂ ਹੈ, ਜੇ ਸਾਡੇ ਅੰਦਰ ਧਰਮ ਨਹੀਂ ਹੈ ਤਾਂ ਸਾਡਾ ਅੰਦਰਲਾ ਅਸ਼ਾਂਤ ਹੋ ਜਾਏਗਾ। ਕਿਉਂ? ਕਿਉਂਕਿ ਧਰਮ ਇੱਕ ਉਹ ਚੀਜ਼ ਹੈ ਜਿਸ ਨੇ ਹਰ ਚੀਜ਼ ਨੂੰ ਬੰਧਨ 'ਚ ਰੱਖਿਆ ਹੋਇਆ ਹੈ, ਜਿਸ ਨੇ ਹਰ ਚੀਜ਼ ਨੂੰ ਬੰਨ੍ਹ ਕੇ ਰੱਖਿਆ ਹੈ। ਜਦੋਂ ਧਰਮ ਸਾਡੇ ਹਿਰਦੇ ਵਿੱਚ ਹੈ ਤਾਂ ਸਾਡਾ ਮਨ ਜਿਹੜਾ ਹੈ ਉਹ ਬੱਝਿਆ ਹੋਇਆ, ਅਤੇ ਜਦੋਂ ਸਾਡੇ ਅੰਦਰੋਂ ਧਰਮ ਨਿਕਲ ਜਾਂਦਾ ਹੈ ਉਸ ਵੇਲੇ ਫਿਰ ਸਾਡਾ ਮਨ ਟਿਕਦਾ ਨਹੀਂ ਹੈ, ਕਿਉਂਕਿ ਇਹ ਸਰੀਰ ਜਿਹੜਾ ਹੈ ਇਹ ਖੰਡਿਤ ਹੋ ਜਾਂਦਾ ਹੈ। ਜਿਹੜਾ ਗੁਰੂ ਸਾਹਿਬ ਨੇ ਕਿਹਾ ਜੇ ਇੱਕ ਹੋਏ ਤਾਂ ਉਗਵੈ ਰੁੱਤੀ ਹੂ ਰੁੱਤੀ ਹੋਵੇ। ਬੰਦਾ ਹੀ ਇਸ ਤਰ੍ਹਾਂ ਜਿਵੇਂ ਦਾਲ, ਇੱਕ ਬੀਜ ਹੁੰਦਾ ਨਾ ਅਤੇ ਦਾਲ ਦਾ ਦਾਣਾ ਹੁੰਦਾ ਅਤੇ ਉਹ ਦੋ ਫਾੜ ਹੋ ਜਾਂਦਾ ਹੈ, ਧਰਮ ਤੋਂ ਬਿਨਾਂ ਬੰਦਾ ਦੋ ਫਾੜ ਹੋ ਜਾਂਦਾ ਹੈ। ਹੁਣ ਜੇ ਦੋ ਫਾੜ ਹੋਏਗਾ ਤਾਂ ਬੀਜ ਕਿੱਥੋਂ ਉੱਗ ਨਹੀਂ ਸਕਦਾ, ਦਾਲ ਬਣ ਕੇ ਤਾਂ ਨਹੀਂ ਉੱਗ ਸਕਦਾ, ਜੇ ਦਾਣਾ ਇਕੱਠਾ ਰਹੇਗਾ ਦੋਵੇਂ ਜੁੜੇ ਰਹਿਣਗੇ। ਤਾਂ ਇਸੇ ਤਰ੍ਹਾਂ ਦੀ ਸਥਿਤੀ ਜਿਹੜੀ ਹੈ ਮਨੁੱਖ ਦੀ ਹੈ, ਜੇ ਉਹ ਜੁੜਿਆ ਹੋਇਆ ਹੈ ਧਰਮ ਦੇ ਕਾਰਨ, ਜੁੜਿਆ ਹੋਇਆ ਕਿਹਦੇ ਨਾਲ, ਆਪਣੇ ਆਪ ਨਾਲ, ਅੰਦਰਲਾ ਧਰਮ ਜਿਹੜਾ ਹੈ ਉਸ ਨੂੰ ਸਾਰੇ ਨੂੰ ਜੋੜ ਦਿੰਦਾ, ਜਿਹਨੂੰ ਅਸੀਂ ਕਹਿੰਦੇ ਹਾਂ ਲੀਨ ਹੋ ਜਾਣਾ, ਆਪੇ ਵਿੱਚ ਲੀਨ ਹੋ ਜਾਣਾ। ਬਾਹਰ ਧਰਮ ਚਾਰੇ ਪਾਸੇ ਹੈ, ਇਸ ਕਰਕੇ ਬੰਦਾ ਸਭ ਨਾਲ ਜੁੜਿਆ ਹੁੰਦਾ। ਕਿਵੇਂ ਜੁੜਿਆ ਹੁੰਦਾ? ਜਿਵੇਂ ਸੰਗਤ ਜੋੜਦੀ ਹੈ। ਸੰਗਤ ਕਿਸ ਵਾਸਤੇ ਹੈ? ਜੋੜਨ ਵਾਸਤੇ, ਤੋੜਨ ਵਾਸਤੇ ਨਹੀਂ ਹੈ। ਸਾਡੀਆਂ ਜਿਹੜੀਆਂ ਸੰਗਤਾਂ ਨੇ ਇਹ ਲੋਕਾਂ ਨੂੰ ਤੋੜਨ ਵਾਸਤੇ ਹੁੰਦੀਆਂ ਨੇ, ਪਰ ਸੰਗਤ ਜਿਹੜੀ ਹੈ ਇਹ ਜੋੜਨ ਵਾਸਤੇ ਹੈ। ਔਰ ਇਹ ਸਿਰਫ ਸਿੱਖਾਂ ਨੂੰ ਜੋੜਨ ਵਾਸਤੇ ਨਹੀਂ ਹੈ, ਸਾਰੀ ਇਨਸਾਨੀਅਤ ਨੂੰ ਜੋੜਨਾ ਸੰਗਤ ਦਾ ਇਹ ਏਮ ਹੈ। ਚਾਰ ਦਰਵਾਜ਼ੇ ਮਹਾਰਾਜ ਜੀ ਨੇ ਹਰਿਮੰਦਰ ਸਾਹਿਬ ਦੇ ਇਸੇ ਕਰਕੇ ਰੱਖੇ ਸਨ। ਸਾਰੀ ਮਨੁੱਖਤਾ ਜਿਹੜੀ ਹੈ ਉਹਦਾ ਧਰਮ ਇੱਕ ਹੈ। ਇੱਕ ਪੰਕਤੀ ਹੈ, ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ। ਗੁਰੂ ਜੀ ਦਾ ਪ੍ਰਯੋਜਨ ਕਿਸੇ ਪੰਥ ਨੂੰ ਮਜ਼ਬੂਤ ਕਰਨਾ,
ते किसे पंथ नू धार्मिक बनाउणा ये नहीं है। सब कल उदरी जितने भी जीव हैं सारा जिहड़ा ये कली का समा है ये आए हर जीव का उधार करना। सब कल उदरी एक नाम धर्म। अगली ओ सब कल किवें उधर सकती सी क्योंकि नाम नू धर्म बना दिता, नाम धर्म हो गया, मर्यादा धर्म नहीं। ये ध्यान रखना, धर्म विगड़िया जदों मर्यादा धर्म हो गई। गुरु जी ने जिहड़ी चीज़ मनुखता नू दित्ती सी ओह सी धार्मिक होने वास्ते, धर्म नाल जुड़न वास्ते परमेश्वर का नाम लैना। नाम विच कोई झगड़ा नहीं है। बाहरली वेशभूषा जिहड़ी है इहदे करके एक दूजे नालों वखरेवां पैदा हुंदा है। नाम जिहड़ा है ये मनुखता नूं जोड़दा है। गुरु जी ने नाम नूं धर्म बनाया। मनुखता नूं किवें जोड़दा है? मनुखता नूं इस तरह नहीं जोड़दा कि सारे वाहिगुरु जपण लग जाण। मनुखता नूं इंज जोड़दा है कि राम वाहिगुरु अल्लाह खुदा करीम गॉड रहीम सारे इको परमेश्वर के नाम ने, सारे ही नाम ने। जिहड़ा गुरु जी ने कहा बलिहारी जाओ जेते तेरे नाम है, जिन्हें भी तेरे नाम ने मैं उन्होंने कुर्बान जाना वो तेरे नाम ने। सो ये सानू समझना पवेगा, मंथन करना पवेगा कि जिवें असीं धर्म समझते हाँ तो जिवें असीं धार्मिक तौर पर व्यवहार करते हाँ इस विच सुधार करन दी कोई गुंजाइश है या नहीं है, ये वेखना पवेगा। पहला तो यह वे कि धर्म ते पंथ नूं वख करके वेखना पवेगा। दूजी चीज ये सोचनी पवेगी कि सारियां ने धर्म तक जाना है ते जिहड़े धर्म दे रस्ते ने धर्म दी प्राप्ति दे ओ मार्ग भिन्न भिन्न हन, मंजिल सारियां दी इको है। धर्म एक सांझी चीज़ है जिसने सारी मानवता नूं इक करना है। और ये जिहड़ा पंथ गुरु जी ने बनाया है, जिहड़ा सिख पंथ है, खालसा पंथ है, ये उन्हां निर्मल व्यक्तियों का, पवित्र व्यक्तियों का समूह गुरु जी ने बनाया है जिन्होंने धर्म को अपने हिरदे विच टिकाया है। वो धर्म का संदेश सारी मनुखता तक पहुँचाने लिए समर्पित हैं। अजे साड़ी की प्रॉब्लम है सिखां दी, ते खास करके ये प्रॉब्लम है कि ना उन्होंने गुरु जी का संदेश आप समझिया है तो ना वो रुचिमान हैं कि लोगों तक पहुँचे, बल्कि हुण तो होर खराबियां लोगों को पाठ करन तो वर्जित करना, लोगों को पोथियां रखन तो गुटके रखन तो वर्जित करना और इस तरह क्लेम करना कि ये बाणी सिर्फ सिखां वास्ते है तो सिख ही रख सकते ने। दूजियां तो जेकर गुरु ग्रंथ साहब दी किसी ने पाठ करता है तो वो घरों चुक के लै आना भी तू तो बेअदबी करता है। बेअदब तो वो ने जिन्हां ने किसी तो बाणी खो ली, बड़े बेअदब वो ने जिहड़े अपने आप नूं कहिंदे ने असीं तो सत्कार करते हाँ, वो बड़े बेअदब ने। उन्होंने तो रब की बेअदबी कर दी, रब का नाम खो लिया लोग किसी तो। ये धार्मिक वर्तारा नहीं है, बहुत ही वड्डा अधार्मिक काम है किसी तो बाणी खो के लै जाना। कोई गुरु ग्रंथ साहिब महाराज नूं अपना पिता समझ के नमस्कार कर रहा है, किसी का पिता खो लेना ये बहुत वड्डा पाप है, अधर्म है। लोगों नूं ते ये एहसास कराना है कि ये सारी मनुखता का पिता है गुरु ग्रंथ साहिब,
ਤੂੰ ਕਿਉਂ ਨਹੀਂ ਪੜ੍ਹਦਾ ਭਾਈ, ਤੂੰ ਵੀ ਪੜ੍ਹ, ਤੈਨੂੰ ਵੀ ਖੋਲ੍ਹ ਹੈ। ਇਹ ਸਿੱਖਾਂ ਦਾ ਨਹੀਂ ਹੈ, ਇਹ ਸਾਡਾ ਸਾਰਿਆਂ ਦਾ ਹੈ। ਇਹ ਤੇਰਾ ਵੀ ਹੈ, ਮੇਰਾ ਵੀ ਹੈ, ਸਾਂਝਾ ਪਿਤਾ ਹੈ। ਬਾਣੀ ਵਿੱਚ ਤਾਂ ਗੁਰੂ ਸਾਹਿਬ ਨੇ ਵਾਰ ਵਾਰ ਤੂੰ ਸਭਨਾ ਸਾਂਝਾ ਬਾਪ ਹਮਾਰਾ, ਸਾਂਝ ਦੀ ਗੱਲ ਕੀਤੀ। ਪਰੰਤੂ ਅਸੀਂ ਕੀ ਹੈ, ਅਸੀਂ ਉਸ ਸਾਂਝ ਨੂੰ ਤੋੜਨ ਵਿੱਚ, ਲੋਕਾਈ ਨੂੰ, ਸਮਾਜ ਨੂੰ ਖੰਡਿਤ ਕਰਨ ਨੂੰ ਅਸੀਂ ਧਰਮ ਜਾਣਨ ਲੱਗ ਗਏ। ਇਹ ਸਾਨੂੰ ਮੰਥਨ ਕਰਨਾ ਪਵੇਗਾ ਔਰ ਇਹ ਸਮਝਣਾ ਪਵੇਗਾ ਕਿ ਇਹ ਜੋ ਕੁਛ ਅਸਥਿਰਤਾ ਧਰਮ ਦੇ ਨਾਮ 'ਤੇ ਹੈ, ਇਹ ਧਰਮ ਨਹੀਂ ਹੈ। ਇਹ ਪੰਥਕ ਸੰਕੀਰਨਤਾ ਹੈ, ਧਾਰਮਿਕ ਸੰਕੀਰਨਤਾ ਵੀ ਨਹੀਂ ਕਹਿਣਾ ਚਾਹੀਦਾ। ਧਰਮ ਬੜਾ ਪਵਿੱਤਰ ਸ਼ਬਦ ਹੈ, ਪੰਥਕ ਸੰਕੀਰਨਤਾ ਹੈ। ਇਹ ਪੰਥਕ ਸੰਕੀਰਨਤਾ ਤੋੜ ਕੇ ਸਿੱਖ ਨੇ ਨਾਮ ਧਰਮ ਦਾ ਬੋਧ ਲੋਕਾਈ ਤੱਕ ਕਰਵਾਉਣਾ ਹੈ। ਪਰ ਉਹ ਤਾਂ ਹੋਵੇਗਾ ਵੀ ਜੇ ਆਪਣਾ ਕਰਮਕਾਂਡ, ਅਸੀਂ ਕਰਮਕਾਂਡ ਤੋਂ ਮੁਕਤ ਹੋਵਾਂਗੇ, ਨਾਮ ਵਾਲੇ ਬਣਾਂਗੇ, ਤਾਂ ਹੈ ਨਾ। ਅਸੀਂ ਖੁਦ ਕਰਮਕਾਂਡ ਹੀ ਹਾਂ, ਟਕਰਾਅ ਕਿੱਥੇ ਹੈ? ਇੱਕ ਕਰਮਕਾਂਡ ਦਾ ਦੂਜੇ ਕਰਮਕਾਂਡ ਨਾਲ ਟਕਰਾਅ ਹੈ। ਜੇ ਸਾਰੇ ਨਾਮ ਧਰਮ ਵਾਲੇ ਪਾਸੇ ਲੱਗ ਜਾਣ, ਜੇ ਮੁਸਲਮਾਨ ਇਹ ਸਮਝ ਲਵੇ ਕਿ ਪੰਜ ਵੇਲੇ ਦੀਆਂ ਨਮਾਜ਼ਾਂ, ਉਹਦਾ ਵਜੂ ਕਰਨਾ, ਉਹਦਾ ਹੱਜ ਕਰਨਾ, ਇਹ ਇੱਕ ਕਰਮਕਾਂਡ ਹੈ ਸਮੁਦਾਇ ਦਾ, ਇਹਦੀ ਕੋਈ ਰੂਹਾਨੀ ਵੈਲਿਊ ਨਹੀਂ ਹੈ ਜਦੋਂ ਤੱਕ ਬੰਦਾ ਇਹਦੇ 'ਚੋਂ ਰੂਹਾਨੀਅਤ ਲੈਂਦਾ ਨਹੀਂ। ਅਤੇ ਸਿੱਖ ਇਹ ਮਹਿਸੂਸ ਕਰਨ ਲੱਗ ਜਾਵੇ ਕਿ ਉਸ ਦਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਪਾਠ ਕਰਨਾ, ਇਹ ਤਦੋਂ ਤੱਕ ਕਰਮਕਾਂਡ ਹੈ ਜਦੋਂ ਤੱਕ ਨਾਮ ਨਾਲ ਪਿਆਰ ਨਹੀਂ ਲੱਗਿਆ, ਨਾਮ ਇਹਦੇ 'ਚੋਂ ਨਿਕਲਿਆ ਨਹੀਂ, ਇਹ ਕਰਮਕਾਂਡ ਹੈ। ਜਦੋਂ ਇਸ ਨੂੰ ਕਰਮਕਾਂਡ ਸਮਝ ਲਵਾਂਗੇ ਔਰ ਪੰਥ ਦਾ ਕਰਮਕਾਂਡ ਸਮਝ ਲਵਾਂਗੇ, ਜਿਹੜਾ ਕਰਨਾ ਕੁਝ ਹੱਦ ਤੱਕ ਜ਼ਰੂਰੀ ਵੀ ਹੈ, ਪਰੰਤੂ ਇਹਨੂੰ ਧਰਮ ਨਹੀਂ ਸਮਝਾਂਗੇ ਤਾਂ ਵਿਵਾਦ ਖਤਮ ਹੋ ਜਾਣਗੇ। ਸਮਝ ਆ ਜਾਏਗੀ ਇਹ ਆਪਣੇ ਅਨੁਸ਼ਾਸਨ ਅਨੁਸਾਰ ਕਰਮਕਾਂਡ ਕਰ ਰਿਹਾ, ਇਹ ਆਪਣੇ ਅਨੁਸ਼ਾਸਨ, ਪਰੰਤੂ ਮੰਜ਼ਿਲ ਤਾਂ ਇੱਕੋ ਹੈ, ਧਰਮ ਸਾਡਾ ਸਾਂਝਾ ਹੈ। ਇਹ ਆਪਣੇ ਤਰੀਕੇ ਨਾਲ ਯਤਨ ਕਰ ਰਿਹਾ, ਮੈਂ ਆਪਣੇ ਨਾਲ ਕਰ ਰਿਹਾ। ਜਦੋਂ ਧਰਮ ਅਸੀਂ ਕਰਮਕਾਂਡ ਨੂੰ, ਆਪਣੀ ਮਰਿਆਦਾ ਨੂੰ ਧਰਮ ਬਣਾ ਦਿੰਦੇ ਹਾਂ, ਤਾਂ ਫਿਰ ਦੂਜੇ ਨੂੰ ਕਹਿੰਦੇ ਹਾਂ ਤੂੰ ਅਧਾਰਮਿਕ ਹੈ। ਅਤੇ ਅਸਾਂ ਗੁਰੂ ਸਾਹਿਬ ਤੋਂ, ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਇਹ ਸੰਦੇਸ਼ ਪ੍ਰਾਪਤ ਕਰਨਾ ਹੈ ਕਿ ਧਰਮ 'ਤੇ ਚੰਗੇ ਗੁਣ ਨੇ, ਦੈਵੀ ਗੁਣ ਨੇ, ਡਿਵਾਈਨ ਕੁਆਲਿਟੀਜ਼ ਨੇ, ਜਿਹੜੀਆਂ ਸਰਦਾਰ ਹਰਿੰਦਰਪਾਲ ਸਿੰਘ ਨੇ ਦੱਸਿਆ ਵੀ ਦਇਆ ਅਤੇ ਸੰਤੋਖ, ਗੁਰੂ ਸਾਹਿਬ ਗੁਰੂ ਨਾਨਕ ਦੇਵ ਮਹਾਰਾਜ ਕਹਿ ਗਏ ਨੇ। ਦਇਆ ਸੰਤੋਖ, ਜਿਹਦੇ ਵਿੱਚੋਂ ਅੱਗੇ ਸਾਰੇ ਹੀ ਗੁਣ ਜਿਹੜੇ ਗੁਣਾਂ ਦਾ ਮੂਲ ਹਨ, ਇਹਨਾਂ ਗੁਣਾਂ ਨੂੰ ਧਾਰਨ ਕਰਨਾ ਧਰਮ ਹੈ। ਇਹਨਾਂ ਗੁਣਾਂ ਤੋਂ ਬਿਨਾਂ ਧਰਮ ਨਹੀਂ ਹੈ। ਔਰ ਇਹ ਅਹਿਸਾਸ ਕਰਨਾ ਬਹੁਤ ਜ਼ਰੂਰੀ ਹੈ ਕਿ ਅਸੀਂ ਸਿਰਫ ਧਾਰਮਿਕ ਲਿਬਾਸ ਅਤੇ ਧਾਰਮਿਕ ਕਰਮਕਾਂਡ ਕਰਕੇ ਧਾਰਮਿਕ ਨਹੀਂ ਹੋ ਜਾਵਾਂਗੇ। ਧਾਰਮਿਕ ਉਦੋਂ ਹੋਵਾਂਗੇ ਜਦੋਂ ਧਰਮ ਹਿਰਦੇ ਵਿੱਚ ਸਥਾਪਿਤ ਹੋ ਜਾਏਗਾ, ਜਦੋਂ ਸਾਡਾ ਅੰਦਰ ਅਤੇ ਬਾਹਰ ਸਵੱਛ ਹੋ ਜਾਏਗਾ, ਜਿਉਂ ਨਿਰਮਲ ਬਾਹਰੋਂ ਨਿਰਮਲ, ਜਿਹੜਾ ਅਸੀਂ ਬਾਣੀ 'ਚ ਪੜ੍ਹਦੇ ਹਾਂ। ਇੱਕ ਹੈ ਬਾਹਰੋਂ ਨਿਰਮਲ ਅਤੇ ਜਿਉਂ ਮੈਲੇ, ਅਤੇ ਉਹਦੇ ਨਾਲ ਗੱਲ ਬਣਨ ਵਾਲੀ ਨਹੀਂ ਹੈ। ਜੇ ਜੀਵ ਜਿਉਂ ਨਿਰਮਲ ਹੋਵੇ ਅਤੇ ਬਾਹਰੋਂ ਨਿਰਮਲ ਹੋਵੇਗਾ ਤਾਂ ਗੱਲ ਬਣਨ ਵਾਲੀ ਹੈ। ਜਿਉਂ ਨਿਰਮਲ, ਬਾਹਰੋਂ ਨਿਰਮਲ ਹੋ ਕੇ ਅਸੀਂ ਧਾਰਮਿਕ ਹੋ ਸਕਦੇ ਹਾਂ। ਚਿੱਤ ਵਿੱਚ ਬੇਈਮਾਨੀ ਰੱਖ ਕੇ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਜੇ ਪਰਾਇਆ ਹੱਕ ਖਾ ਗਿਆ ਤਾਂ ਫਿਰ ਸੋਚੇ ਮੈਂ ਧਾਰਮਿਕ ਹਾਂ। ਇਹੋ ਜਿਹਾ ਧਾਰਮਿਕ ਲੋਕਾਂ ਨੇ ਧਰਮ ਦੇ ਨਾਮ 'ਤੇ ਜਗ੍ਹਾ ਜਗ੍ਹਾ 'ਤੇ ਅੱਗ ਲਾਈ ਹੋਈ ਹੈ। ਉਹ ਧਾਰਮਿਕ ਲੋਕ ਨੇ, ਸਵਾਰਥੀ ਲੋਕ ਨੇ। ਪੁਜਾਰੀ ਧਰਮ ਨਾਲੋਂ ਤੋੜਦਾ ਹੈ ਹਮੇਸ਼ਾ, ਧਰਮ ਨਾਲ ਜੋੜਦਾ ਨਹੀਂ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਸਭ ਤੋਂ ਵੱਡੀ ਜਿਹੜੀ
ਧਰਮ ਦੀ ਪ੍ਰੋਬਲਮ ਹੈ ਉਹ ਹੈ ਪੁਜਾਰੀਵਾਦ। ਪੁਜਾਰੀਵਾਦ ਪੰਥਕ ਸੰਕੀਰਨਤਾ, ਪੁਜਾਰੀ ਜਿਹੜਾ ਹੈ ਉਹ ਪੰਥਕ ਸੰਕੀਰਨਤਾ ਪ੍ਰਸਾਰਦਾ ਹੈ। ਕਿਉਂ? ਕਿਉਂਕਿ ਉਸਨੇ ਆਪਣੇ ਸਮੁਦਾਇ ਦਾ ਸ਼ੋਸ਼ਣ ਧਰਮ ਦੇ ਨਾਮ 'ਤੇ ਕਰਨਾ ਹੈ। ਇਸ ਕਰਕੇ ਉਹ ਧਾਰਮਿਕ ਸਮੁਦਾਇ ਜਾਂ ਧਾਰਮਿਕ ਪੰਥ ਨੂੰ ਠੀਕ ਦਿਸ਼ਾ ਨਹੀਂ ਦਿੰਦਾ, ਗਲਤ ਦਿਸ਼ਾ ਦਿੰਦਾ। ਕਦੇ ਕਦੇ ਇਹ ਵੀ ਕਹਿ ਦਿੰਦਾ ਵੀ ਦੂਜਿਆਂ ਨਾਲ ਲੜਨ ਵਾਸਤੇ ਸਾਨੂੰ ਆਪਣੀ ਪਾਪੂਲੇਸ਼ਨ ਵਧਾਉਣੀ ਚਾਹੀਦੀ। ਉਹ ਮਨੁੱਖਤਾ ਦੀ ਸਮੱਸਿਆ ਨਹੀਂ ਸਮਝ ਰਿਹਾ। ਮਨੁੱਖਤਾ ਉਹਦਾ ਕੋਈ ਉਦੇਸ਼ ਹੀ ਨਹੀਂ ਹੈ। ਉਹਨੂੰ ਇਹ ਨਹੀਂ ਕਿ ਮਾਨਵਤਾ ਸੁਚੱਜੀ ਕਿਵੇਂ ਬਣੇ। ਉਹਨੂੰ ਇਹ ਲੱਗਦਾ ਕਿ ਸਾਡੀ ਗਿਣਤੀ ਦੂਜਿਆਂ ਨਾਲ ਡੰਡਾ ਸੋਟਾ ਚਲਾਉਣਾ ਪਿਆ ਤਾਂ ਜ਼ਿਆਦਾ ਗਿਣਤੀ ਹੋਣੀ ਚਾਹੀਦੀ ਹੈ, ਇਸ ਕਰਕੇ ਬੱਚੇ ਜ਼ਿਆਦਾ ਪੈਦਾ ਕਰੋ। ਕਦੇ ਕੋਈ ਕਹਿ ਦਿੰਦਾ, ਕਦੇ ਕੋਈ, ਸਿੱਖਾਂ 'ਚ ਵੀ ਕਹਿੰਦੇ ਨੇ। ਇਕੱਲੇ ਇਹ ਨਹੀਂ ਕਿ ਉਹ ਇਕੱਲੇ ਸਾਕਸ਼ੀ ਮਹਾਰਾਜ ਹੀ ਕਹਿੰਦੇ ਨੇ, ਸਾਡੇ ਲੋਕ ਵੀ ਕਹਿੰਦੇ ਨੇ, ਮੁਸਲਮਾਨਾਂ ਦੇ ਜਿਹੜੇ ਮੌਲਵੀ ਨੇ ਉਹ ਵੀ ਕਹਿੰਦੇ ਨੇ। ਹਰ ਸਮੁਦਾਇ ਇਸ ਗੱਲ ਵਿੱਚ ਲੱਗਿਆ ਹੋਇਆ ਕਿ ਸਾਡੀ ਪਾਪੂਲੇਸ਼ਨ ਵੱਧ ਜਾਵੇ, ਇਸ ਪਾਸੇ ਨਹੀਂ ਲੱਗੇ ਹੋਏ ਕਿ ਲੋਕ ਧਾਰਮਿਕ ਹੋ ਜਾਣ, ਲੋਕ ਚੰਗੇ ਬਣ ਜਾਣ। ਜੇ ਕ੍ਰਿਸਚੈਨਿਟੀ ਹੈ ਤਾਂ ਜੋ ਕ੍ਰਾਈਸਟ ਨੇ ਉਪਦੇਸ਼ ਦਿੱਤਾ ਉਹ ਲੋਕਾਂ ਤੱਕ ਪਹੁੰਚੇ। ਜੇ ਇਸਲਾਮ ਹੈ ਤਾਂ ਹਜ਼ਰਤ ਮੁਹੰਮਦ ਸਾਹਿਬ ਦਾ ਜਿਹੜਾ ਸੰਦੇਸ਼ ਲੋਕਾਂ ਤੱਕ ਪਹੁੰਚੇ। ਜੇ ਸਿੱਖੀ ਹੈ ਤਾਂ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਸਾਰੇ ਵਿਸ਼ਵ ਤੱਕ ਉਸੇ ਤਰ੍ਹਾਂ ਪਹੁੰਚਣ ਜਿਵੇਂ ਉਹਨਾਂ ਨੇ ਜਗ੍ਹਾ ਜਗ੍ਹਾ 'ਤੇ ਜਾ ਕੇ ਦਿੱਤੇ ਸਨ। ਉਹਨਾਂ ਉਪਦੇਸ਼ ਮੱਕਾ 'ਚ ਵੀ ਦਿੱਤਾ, ਬਗਦਾਦ ਵੀ ਦਿੱਤਾ, ਸੁਮੇਰ 'ਤੇ ਵੀ ਜਾ ਚੜੇ, ਯੋਗੀਆਂ ਕੋਲ ਵੀ ਚਲੇ ਗਏ, ਮੁਸਲਮਾਨਾਂ ਕੋਲ ਵੀ ਚਲੇ ਗਏ, ਬ੍ਰਾਹਮਣਾਂ ਕੋਲ ਵੀ ਚਲੇ ਗਏ। ਉਹਨਾਂ ਨੇ ਸਾਰੀ ਸੰਕੀਰਨਤਾ ਧਾਰਮਿਕ ਤੋੜ ਦਿੱਤੀ ਨਾ, ਸਾਰੀਆਂ ਬਾਉਂਡਰੀਜ਼ ਖਤਮ ਕਰ ਦਿੱਤੀਆਂ। ਉਹਨਾਂ ਨੇ ਇਹ ਨਹੀਂ ਵੇਖਿਆ ਕਿ ਉੱਤਰ ਦਿਸ਼ਾ ਵਿੱਚ ਨਹੀਂ ਜਾਣਾ ਅਤੇ ਪੂਰਬ ਵਿੱਚ ਨਹੀਂ ਜਾਣਾ ਅਤੇ ਦੱਖਣ ਦਿਸ਼ਾ ਮਾੜੀ ਹੈ। ਸਾਡੇ ਤਾਂ ਦੇਸ਼ ਵਿੱਚ ਸੰਕੀਰਨਤਾ ਇਤਨੀ, ਦੱਖਣ ਦਿਸ਼ਾ ਹੀ ਖਰਾਬ ਹੈ। ਉੱਤਰ ਚੰਗਾ ਹੈ ਕਿਉਂਕਿ ਆਰੀਆ ਰਹਿੰਦੇ ਨੇ ਇੱਧਰ, ਦੱਖਣ ਖਰਾਬ ਹੈ ਕਿਉਂਕਿ ਅਨਾਰੀਆ ਰਹਿੰਦੇ ਨੇ। ਇਹ ਸੰਕੀਰਨਤਾ ਸਾਰੀ ਜਿਹੜੀ ਧਾਰਮਿਕ ਸੀ ਗੁਰੂ ਜੀ ਨੇ ਤੋੜੀ। ਉਹਨਾਂ ਨੇ ਕਿਹਾ ਹਾਜੀ ਦਾ ਲਿਬਾਸ ਵੀ ਬੁਰਾ ਨਹੀਂ ਜੀ, ਉਹਦਾ ਪ੍ਰਯੋਜਨ ਠੀਕ ਹੈ, ਹਾਜੀ ਬਣ ਗਿਆ। ਉਹਨਾਂ ਕਿਹਾ ਹਿੰਦੂ ਸਾਧੂ ਅਗਰ ਉਹਦਾ ਪ੍ਰਯੋਜਨ ਠੀਕ ਹੈ ਇਹ ਵੀ ਖਰਾਬ ਨਹੀਂ ਹੈ। ਉਹਨਾਂ ਕਿਹਾ ਸਿੱਧ ਵੀ ਖਰਾਬ ਨਹੀਂ ਹੈ। ਉਹਨਾਂ ਨੇ ਕਿਹਾ ਸਿੱਧ ਤਾਂ ਬੜੇ ਕਲਿਆਣਕਾਰੀ ਨੇ, ਸਿੱਧ ਛੱਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ, ਦੁਨੀਆ ਵਿੱਚ ਜਾਓ, ਦੁਨੀਆ ਦੀ ਕਲਿਆਣ ਕਰੋ। ਉਹਨਾਂ ਨੇ ਨਹੀਂ ਕਿਹਾ ਕਿ ਤੁਸੀਂ ਸਿੱਧ ਹੋ ਅਤੇ ਸਿੱਧ ਮਤ ਫੈਲਾਓਗੇ, ਮੈਂ ਤਾਂ ਤੁਹਾਡਾ ਮਤ ਰੋਕਣਾ। ਉਹਨਾਂ ਨੇ ਕਿਤੇ ਜਾ ਕੇ ਕਿਹਾ ਹੀ ਨਹੀਂ। ਉਹਨਾਂ ਇਹ ਨਹੀਂ ਕਿਹਾ ਕਿ ਮੈਂ ਤਾਂ ਇਸਲਾਮ ਦੀਆਂ ਜਿਹੜੀਆਂ ਤੁਹਾਡੀਆਂ ਟੀਚਿੰਗ ਨੇ ਇਹਨਾਂ ਨੂੰ ਗਲਤ ਸਾਬਤ ਕਰਨ ਵਾਸਤੇ ਬਗਦਾਦ ਮੱਕਾ ਮਦੀਨਾ ਆਇਆ। ਉਹਨਾਂ ਤੇ ਇਹ ਕਿਹਾ ਕਿ ਜੋ ਸੱਚਾ ਸੁੱਚਾ ਸੰਦੇਸ਼ ਕੁਰਾਨ ਵਿੱਚ ਬੰਦ ਹੈ ਉਹ ਤੁਹਾਡੇ ਹਿਰਦਿਆਂ 'ਚ ਵਸਿਆ ਨਹੀਂ, ਮੈਂ ਤੁਹਾਨੂੰ ਯਾਦ ਕਰਵਾਉਣਾ ਆ ਵੀ ਕੁਰਾਨ ਵਿੱਚ ਤਾਂ ਇਹ ਲਿਖਿਆ ਹੋਇਆ ਹੈ। ਕੁਰਾਨ ਤਾਂ ਇਹ ਕਹਿੰਦੀ ਹੈ ਕਿ ਰੱਬ ਮਨੁੱਖ ਦੀ ਸ਼ਾਹਰਗ ਤੋਂ ਨੇੜੇ ਆ, ਔਰ ਜਿੱਧਰ ਨਮਾਜ਼ੀ ਦਾ ਮੂੰਹ ਹੁੰਦਾ ਉੱਧਰ ਹੀ ਰੱਬ ਹੈ, ਤੁਸੀਂ ਇਹਨੂੰ ਕਾਹਨੂੰ ਕੈਦ ਕਰਦੇ ਹੋ। ਹਿੰਦੂਆਂ ਨੂੰ ਜਾ ਕੇ ਕਿਹਾ ਭਰਾਵਾਂ ਇਹ ਪਾਣੀ ਤੇਰਾ ਸੂਰਜ ਤੱਕ ਕਿੱਥੇ ਜਾਣਾ, ਰੱਬ ਦਾ ਨਾਂ ਲੈ ਤੂੰ, ਪਰ ਮਾਂ ਚੰਗੇ ਗੁਣ ਧਾਰਨ ਕਰਨ, ਚੰਗਾ ਇਨਸਾਨ ਬਣੇ, ਫੋਕਰ ਕਰਮ ਕਰਨ ਛੱਡ। ਉਹਨਾਂ ਨੇ ਆਰਤੀ ਕਰਕੇ ਦਿਖਾਈ, ਕਹਿੰਦੇ ਕਿਹੜੀ ਆਰਤੀ ਤੂੰ ਰੱਬ ਦੀ ਕਰੇ, ਰੱਬ ਦੀ ਆਰਤੀ, ਮੂਰਤੀਆਂ ਦੀ ਆਰਤੀ ਰੱਬ ਦੀ ਆਰਤੀ ਹੈ? ਰੱਬ ਦੀ ਆਰਤੀ ਦੇਖ ਕਿਤਨੀ ਵਿਸ਼ਾਲ, ਕੁਦਰਤ ਦਾ ਆਨੰਦ ਮਾਣ, ਕੈਸੀ ਆਰਤੀ ਕੁਦਰਤ ਵਿੱਚ ਪ੍ਰਵਾਹਿਤ ਹੋ ਰਹੀ ਹੈ, ਉਸ ਨੂੰ ਦੇਖ। ਸੋ ਇਹ ਗੁਰੂ ਜੀ ਨੇ ਧਰਮ ਦਾ ਸੰਦੇਸ਼ ਇਸ ਤਰੀਕੇ ਨਾਲ ਲੋਕਾਂ ਤੱਕ ਪਹੁੰਚਾਇਆ ਸੀ। ਸਾਨੂੰ ਵੀ ਧਰਮ ਨੂੰ ਠੀਕ ਅੰਡਰਸਟੈਂਡ ਕਰਕੇ ਧਰਮ ਦੇ ਜਿਹੜੇ ਸਦਗੁਣ ਨੇ ਉਹ ਆਪਣੀ ਆਪਣੇ ਵਿੱਚ, ਆਪਣੀ ਕਮਿਊਨਿਟੀ ਵਿੱਚ, ਅਤੇ ਫਿਰ ਉਸਨੂੰ ਮਨੁੱਖਤਾ ਵਿੱਚ ਨਿਸਵਾਰਥ ਹੋ ਕੇ, ਇਹ ਸਵਾਰਥ ਰੱਖ ਕੇ ਬਿਨਾਂ ਕਿ ਇਹਨੂੰ ਸਿੱਖ ਬਣਾ ਲਵਾਂਗਾ, ਨਾ, ਸਿੱਖ ਬਣਾਉਣਾ ਪ੍ਰਯੋਜਨ ਨਹੀਂ ਹੈ, ਚੰਗਾ ਇਨਸਾਨ ਬਣਨਾ ਅਤੇ ਚੰਗਾ ਇਨਸਾਨ ਬਣਾਉਣਾ ਇਹ ਪ੍ਰਯੋਜਨ ਹੈ ਸਿੱਖੀ ਦਾ, ਇਸ ਨੂੰ ਸਮਝਣਾ ਚਾਹੀਦਾ। ਬਹੁਤ ਬਹੁਤ ਧੰਨਵਾਦ, ਸਮਾਂ ਮੈਂ ਕੁਝ ਜ਼ਿਆਦਾ ਲੈ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਡਾਕਟਰ ਸਾਹਿਬ ਧਰਮ ਦੇ ਨੂੰ ਬੜੀ ਚੰਗੀ ਤਰ੍ਹਾਂ ਡਾਕਟਰ ਸਾਹਿਬ ਨੇ ਸਮਝਾਇਆ। ਗੁਰੂ ਗ੍ਰੰਥ ਸਾਹਿਬ ਦਾ ਧਰਮ ਅਮਲ ਹੈ, ਪ੍ਰੈਕਟਿਸ ਹੈ। ਗੱਲੇ ਅਸੀਂ ਚੰਗੀਆਂ ਆਚਾਰੀ ਬੁਰੀਆਂ ਗੁਰਬਾਣੀ ਦੇ ਵਿੱਚ ਸਾਫ਼ ਲਿਖਿਆ। ਮੈਂ ਇੱਕ ਲਾਈਨ ਤੋਂ ਪਿੱਛੇ 8-10 ਦਿਨ ਪਹਿਲੇ ਪਾਠ ਕਰਦੇ ਇੱਕ ਲਾਈਨ ਆਈ ਸਾਹਮਣੇ, ਜਿਸ ਨੇ ਸ਼ਾਇਦ ਉਸ ਰਾਤ ਤਾਂ ਮੈਂ ਸੋ ਨਹੀਂ ਸਕਿਆ। ਗੁਰਬਾਣੀ ਦੀ ਲਾਈਨ ਸੀ ਕਿ ਨਿਵਾਜ ਸੋਈ ਜੋ ਨਿਆਓ ਵਿਚਾਰੇ। ਮੁੱਲੇ ਨੂੰ ਸੰਬੋਧਨ ਹੋ ਰਹੇ ਨੇ ਕਿ ਤੂੰ ਕਿਸੇ ਨਾਲ ਇਨਸਾਫ ਕਰ ਦੇ
ਕਿਸੇ ਦਾ ਭਲਾ ਕਰ ਦੇ ਤੇਰੀ ਨਮਾਜ਼ ਹੋ ਗਈ। ਸਾਨੂੰ ਵੀ ਕਹਿ ਰਹੇ ਨੇ ਕਿ ਤੂੰ ਕਿਸੇ ਦੇ ਨਾਲ ਇਨਸਾਫ ਕਰ ਦੇ, ਕਿਸੇ ਦੀ ਭਲਾਈ ਕਰ ਦੇ, ਤੇਰੀ ਸੁਖਮਨੀ ਸਾਹਿਬ ਹੋ ਗਈ। ਇਹ ਸਾਨੂੰ ਵੀ ਸੰਦੇਸ਼ ਹੈ। ਇਸ ਗੱਲ ਨੂੰ ਆਪਾਂ ਸਮਝੀਏ। ਦੇਖੋ, ਜੰਗਲ ਦਾ ਇਹ ਰਾਜ ਦੇ ਵਿੱਚ ਕਾਨੂੰਨ ਹੈ, ਈਟ ਆਰ ਬੀ ਈਟਨ। ਮਨੁੱਖਤਾ ਦੇ ਸਮਾਜ ਦਾ ਅਸੂਲ ਹੈ, ਡਿਫਾਈਨ ਆਰ ਬੀ ਡਿਫਾਈਨਡ। ਜਾਂ ਆਪਣੇ ਆਪ ਨੂੰ ਡਿਫਾਈਨ ਕਰੋ, ਜਾਂ ਤੁਹਾਨੂੰ ਦੂਸਰੇ ਡਿਫਾਈਨ ਕਰਨਗੇ। ਬੁੱਧ ਧਰਮ ਦੀ ਇੱਕ ਕੋਟੇਸ਼ਨ ਹੈ, ਅਪ ਦੀਪੋ ਭਵ, ਆਪਣੇ ਦੀਵੇ ਆਪ ਬਣੋ। ਆਪਣੇ ਆਪ ਨੂੰ ਡਿਫਾਈਨ ਆਪ ਕਰੋ। ਇਨਸਾਨੀਅਤ ਤੁਹਾਡੇ ਅੰਦਰ ਕਿੰਨੀ ਕੁ ਹੈ ਉਹਦੀ ਡਿਫਾਈਨ ਕਰੋ। ਇਹ ਲੈਂਪ ਡਜ਼ ਨਾਟ ਸਪੀਕ, ਇੱਕ ਮੋਮਬੱਤੀ ਜਾਂ ਦੀਵਾ ਜਾਂ ਲੈਂਪ ਬੋਲਦਾ ਨਹੀਂ ਹੈ। ਉਹਦੀ ਜਿਹੜੀ ਇੰਟਰੋਡਕਸ਼ਨ ਹੈ ਉਹ ਉਹਦੀ ਲਾਈਟ ਤੋਂ ਹੈ। ਤੋ ਇਹ ਜਿਹੜੀ ਗੱਲ ਧਰਮ ਦੀ ਹੈ, ਧਰਮ ਅਪ ਦੀਪੋ ਭਵ ਹੈ। ਧਰਮ ਦਾ ਰਸਤਾ ਜਿਹੜਾ ਜਾਂ ਜਿਹੜਾ ਮਾਰਗ ਹੈ, ਮਾਰਗ ਜਾਣਨ ਨਾਲ ਨਹੀਂ ਚੱਲਣ ਨਾਲ ਤੈਅ ਹੋਣਾ। ਧਰਮ ਸਿਰਫ ਜ਼ਬਾਨ ਤੱਕ ਨਾ ਰਹੇ, ਅੰਦਰ ਜਾਵੇ। ਜਿਵੇਂ ਰੋਟੀ ਖਾਂਦੇ ਹਾਂ ਅੰਦਰ ਜਾਂਦੀ, ਖੂਨ ਬਣਦਾ ਹੈ। ਧਰਮ ਅੰਦਰ ਜਾ ਕੇ ਮੂੰਹ ਤੱਕ ਸੀਮਤ ਨਾ ਰਹੇ, ਅੰਦਰ ਜਾ ਕੇ ਤੁਹਾਡੀ ਰਗਾਂ ਵਿੱਚ ਜਾਵੇ। ਕਿਆ ਕਮਾਲ ਹੈ ਮੁੰਦਾਵਣੀ ਦੇ ਵਿੱਚ, ਥਾਲ ਵਿੱਚ ਤਿੰਨ ਵਸਤੂ ਪਈ ਹੋ, ਸੱਤ ਸੰਤੋਖ ਵਿਚਾਰ, ਜੇ ਕੋ ਖਾਵੇ ਜੇ ਕੋ ਭੂੰਚੇ। ਹਜ਼ਮ ਕਿਹੜਾ ਕਰ ਲਏਗਾ ਜਿਹੜਾ ਤੁਹਾਡੇ ਖੂਨ 'ਚ ਤਾਂ ਜਾਏਗਾ ਉਹ। ਇਹ ਗੁਰੂ ਗ੍ਰੰਥ ਸਾਹਿਬ ਦੇ ਐਂਡ ਗੁਰੂ ਸਾਹਿਬ ਨੇ ਇੱਥੇ ਕੀਤਾ। ਤੋ ਇਹ ਇੱਕ ਡੈਫੀਨੇਸ਼ਨ ਧਰਮ ਦੀ ਜਿਹੜੀ ਮੈਨੂੰ ਬਹੁਤ ਬਹੁਤ ਚੰਗੀ ਲੱਗਦੀ ਹੈ, ਉਹ ਹੈ ਕਿ ਦੂਸਰਿਆਂ ਦੇ ਕੀਤੇ ਗੁਨਾਹ ਦੇ ਵਿੱਚ ਆਪਣਾ ਕਸੂਰ ਲੱਭਣਾ ਧਰਮ ਹੈ। ਦੂਸਰੇ ਦੇ ਕੀਤੇ ਗੁਨਾਹ ਵਿੱਚ ਆਪਣਾ ਕਸੂਰ ਲੱਭਣਾ ਧਰਮ ਹੈ। ਤੋ ਇਹ ਅੱਜ ਦੇ ਅਸੀਂ ਇਸ ਲੈਕਚਰ ਵਿੱਚ ਕੋਸ਼ਿਸ਼ ਕੀਤੀ ਕਿ ਧਰਮ ਅਸਲ ਵਿੱਚ ਕੀ ਹੈ ਇਸ ਨੂੰ ਸਮਝੀਏ। ਔਰ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਤੁਸੀਂ ਪੜ੍ਹੋ। ਗੁਰੂ ਗ੍ਰੰਥ ਸਾਹਿਬ ਦੇ ਜਦੋਂ ਤੁਸੀਂ ਮੁਤਾਲਿਆ ਕਰੋਗੇ, ਸਤਿਕਾਰ ਦੀ ਗੱਲ ਕਰ ਰਹੇ ਸਨ ਤਾਂ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਵੱਡਾ ਸਤਿਕਾਰ ਗੁਰੂ ਗ੍ਰੰਥ ਸਾਹਿਬ ਨੂੰ ਪੜ੍ਹਨਾ, ਗੁਰੂ ਗ੍ਰੰਥ ਸਾਹਿਬ ਨੂੰ ਸਮਝਣਾ ਔਰ ਗੁਰੂ ਗ੍ਰੰਥ ਸਾਹਿਬ ਦੇ ਅਨੁਸਾਰ ਲਿਵ ਕਰਨਾ। ਇਸ ਤੋਂ ਵੱਡਾ ਕੋਈ ਸਤਿਕਾਰ ਨਹੀਂ। ਇਹ ਜਿਹੜੇ ਉੱਪਰਲੀ ਸਤਿਕਾਰ ਨੇ ਜ਼ਰੂਰੀ ਨੇ, ਪਰ ਸਭ ਤੋਂ ਵੱਡਾ ਸਤਿਕਾਰ ਇਸ ਨੂੰ ਪੜ੍ਹਨਾ ਔਰ ਇਸ ਨੂੰ ਸਮਝਣਾ। ਅੱਜ ਨਹੀਂ, ਇੰਨੀਆਂ ਇਹ ਬੇਨਤੀਆਂ ਨੇ।